देखो आज मैं ਜਿਹੜੀ ਅਦਾਲਤਾਂ ਹੈ ਅੱਜ ਨੈਸ਼ਨਲ ਲੋਕ ਅਦਾਲਤ ਹੈ ਅਤੇ ਉਹਨਾਂ 'ਚ ਮੈਂ ਗਿਆ ਸੀ ਜਿਹੜੀ ਅਸੀਂ ਜੋ ਵੀ ਸਟੈਬਲਿਸ਼ ਕਰ ਸਕਦੇ ਸੀਗੇ ਇਹਨਾਂ ਇਹਨਾਂ ਹਾਲਾਤਾਂ 'ਚ ਅਤੇ ਮੈਂ ਦੇਖਿਆ ਕਿ ਉੱਥੇ ਵੀ ਕੰਮ ਚੱਲ ਰਿਹਾ ਸੀ ਕੁਛ ਇੱਕ ਮੈਟ੍ਰੀਮੋਨੀਅਲ ਕਪਲ ਸੀਗਾ ਯੰਗ ਕਪਲ ਸੀ ਬੱਚਾ ਸੀ ਛੋਟਾ ਅਤੇ ਅਸੀਂ ਸਕਸੀਡ ਕਰ ਗਏ ਸਾਡੇ ਔਫਿਸਰ ਉਹਨਾਂ 'ਚ ਸੁਲਾਹ ਕਰਾਉਣ ਦੀ ਅਤੇ ਉਹਦੇ ਕਰਕੇ ਉਹ ਦੋਨਾਂ ਨੇ ਇਕੱਠੇ ਰਹਿਣਾ ਮਨਜ਼ੂਰ ਕਰ ਲਿਆ। ਇਸੀ ਤਰ੍ਹਾਂ ਨਾਲ ਕੁਛ ਮੋਟਰ ਐਕਸੀਡੈਂਟ ਕਲੇਮਸ ਦੇ ਕੇਸ ਹੁੰਦੇ ਹੈ, ਕੁਛ ਚੈੱਕ ਬਾਊਂਸ ਦੇ ਕੇਸ ਹੁੰਦੇ ਹੈ, ਉਹ ਇੱਦਾਂ ਦੇ ਹਾਲਾਤ 'ਚ ਸੋਲਵ ਹੋ ਜਾਂਦੇ ਹੈ ਅਤੇ ਉਹਦੇ 'ਚ ਸਾਨੂੰ ਸਕਸੈਸ ਰੇਟ ਮਿਲ ਰਿਹਾ ਹੈ। ਇਸ ਤਰ੍ਹਾਂ ਹੈ ਕਿ ਅੱਜ ਕੱਲ੍ਹ ਹਰ ਇੰਸਟੀਟਿਊਸ਼ਨ 'ਚ ਜਦ ਔਫਿਸਰਸ ਕੰਮ ਕਰਦੇ ਹੈ ਉਹ ਕਾਫੀ ਦੇਰ ਕੰਮ ਕਰਨਾ ਪੈਂਦਾ ਅਤੇ ਉਹਨਾਂ ਨੂੰ ਥੋੜ੍ਹੀ ਬਹੁਤੀ ਵਿੱਚ ਬ੍ਰੇਕ ਚਾਹੀਦੀ ਹੈ। ਉਹ ਬ੍ਰੇਕ ਵਾਸਤੇ ਅਸੀਂ ਇੱਥੇ ਡੀ ਸਟ੍ਰੈਸ ਸੈਂਟਰ ਦਾ ਐਕਸਪੈਰੀਮੈਂਟ ਕੀਤਾ ਪਟਿਆਲਾ ਸੈਸ਼ਨਸ ਡਿਵੀਜ਼ਨ 'ਚ। ਉਹਦੇ 'ਚ ਟੇਬਲ ਟੈਨਿਸ ਦੀ ਟੇਬਲ ਹੈ, ਕੈਰਮ ਬੋਰਡ ਹੈ, ਚੈੱਸ ਹੈ, ਹੋਰ ਵੀ ਕੁਛ ਸਹੂਲਤਾਂ ਅਸੀਂ ਉੱਥੇ ਦੇਵਾਂਗੇ ਜਿੱਥੇ ਥੋੜ੍ਹਾ ਜਿਹਾ ਟਾਈਮ ਕੱਢ ਕੇ ਸਾਡੇ ਔਫਿਸਰਸ ਥੋੜ੍ਹਾ ਟਾਈਮ ਸਪੈਂਡ ਕਰ, ਉਹਦੇ ਨਾਲ ਵਰਕ ਆਊਟਪੁੱਟ ਵਧੇਗਾ, ਘਟੇਗਾ ਨਹੀਂ।